ਮਾਮਲੇ ਠੀਕ ਆ, ਜੋ ਫੈਸਲਾ ਕਰ ਗਿਆ ਕਰ ਗਿਆ, ਉਹਨੂੰ ਨਫ਼ਾ ਹੋਏ ਨੁਕਸਾਨ, ਉਹਦਾ ਨਫ਼ਾ ਨੁਕਸਾਨ ਉਹਨੇ ਆਪ ਵਿਚਾਰਨਾ। ਪਰ ਇਹ ਦੋਸ਼ ਆਰੋਪਣ ਹਮੇਸ਼ਾ ਹੀ ਬੰਦੇ ਦਾ ਕਦ ਘਟਾਉਂਦੇ ਆ, ਜਿਹਨਾਂ ਦੇ ਜਿਹਨਾਂ ਨਹੀਂ ਇਹ ਗੱਲ ਤਾਂ ਉਹਨੂੰ ਪਤਾ, ਜਦੋਂ ਮੈਂ 8 ਵਜੇ ਸ਼ਰਾਬੀ ਹੋ ਜਾਂਦਾ, 8 ਵਜੇ ਲੈ ਆਰਾਮ ਚੱਲਦਾ ਕੰਮ ਸਾਰਾ, 9 ਸੌਣ ਆਪਣਾ ਸੌਣ ਤੱਕ ਚੱਲਦਾ ਦਾ ਕੰਮ, ਅਤੇ ਉਹਨੂੰ ਪਤਾ ਖੁਦ ਆ ਵੀ ਮੈਂ ਕਿਹੜੇ ਕਰੈਕਟਰ ਦਾ। ਜੇ ਮੈਂ ਸ਼ਰਾਬ ਨਹੀਂ, ਅੱਛਾ ਪਾਰਟੀ ਰਹਿ ਕੇ ਮੈਂ ਨਹੀਂ ਸ਼ਰਾਬ ਛੱਡੀ ਹੈ, ਅਕਾਲੀ ਦਲ ਦੇ ਪਾਰਟੀ ਦੇ ਲੀਡਰ ਹੋਣ ਦੇ ਨਾਤੇ, ਹਾਲਾਂਕਿ ਲੀਡਰ ਦੀ ਕੁਆਲਿਟੀ ਹੋਣੀ ਚਾਹੀਦੀ ਹੈ, ਬੰਦਾ ਉਹਦੀ ਸ਼ਾਦੀ ਭਰ ਸਕੇ, ਉਹਦਾ ਇਲਾਕਾ ਉਹਦੀ ਸ਼ਾਦੀ ਭਰ ਸਕੇ, ਉਹਦੇ ਗੁਣਾਂ ਦੀ ਬਾਂਹ ਖੜੀ ਕਰਕੇ ਉਹਦਾ ਦਾਅਵਾ ਕਰ ਸਕੇ ਵੀ ਠੀਕ ਆ ਬੰਦਾ ਇਸ ਕਰੈਕਟਰ ਦਾ। ਜਿਹੜੇ ਬੰਦੇ ਨੂੰ ਆਪਣੇ ਆਪ 'ਤੇ ਕੰਟਰੋਲ ਨਹੀਂ ਕਰ ਸਕੇ ਆਪ, ਉਹ ਨਿੱਤ ਦੇ ਸ਼ਰਾਬੀ ਵਾਲੀ ਗੱਲ ਆ, ਅਤੇ ਉਹਨੇ ਬੰਦੇ ਦੂਜੇ ਦੋਸ਼ ਆਰੋਪਣ ਕਿਉਂ ਕਰਨਾ? ਪਹਿਲੀ ਗੱਲ ਤਾਂ ਮੈਂ ਪਹਿਲਾਂ ਬੇਨਤੀ ਕੀਤੀ ਹੈ ਵੀ ਦੋਸ਼ ਆਰੋਪਣ ਕਿਸੇ ਕੀਮਤ 'ਤੇ ਨਹੀਂ ਹੋਣੇ ਚਾਹੀਦੇ। ਜੋ ਠੀਕ ਆ ਗੁੱਸੇ ਨਾਰਾਜ਼ੀਆਂ ਪਾਰਟੀਆਂ 'ਚ ਹੁੰਦੀਆਂ, ਪਰਿਵਾਰਾਂ 'ਚ ਹੁੰਦੀਆਂ, ਭਰਾਵਾਂ 'ਚ ਹੁੰਦੀਆਂ ਨੇ, ਉਹ ਇੱਕ ਵੱਖਰੀ ਗੱਲ ਹੈ। ਪਰ ਪਾਰਟੀ ਕਮਿਟਮੈਂਟ ਬੰਦੀ ਹਮੇਸ਼ਾ ਹੀ ਪਾਰਟੀ ਦੇ ਨਾਲ ਮਜ਼ਬੂਤ ਤਰੀਕੇ ਨਾਲ ਰੱਖਦੀ ਹੈ, ਉਹ ਹੀ ਹਰ ਵਰਕਰ ਦੀ ਹੋਣੀ ਚਾਹੀਦੀ ਹੈ, ਪਾਰਟੀ ਦੇ ਨਾਲ ਕਮਿਟਡ ਰਹੇ। ਲੀਡਰਸ਼ਿਪ ਨਾਲ ਗੁੱਸੇ ਨਾਰਾਜ਼ੀਆਂ ਨੇ ਅਤੇ ਉਹ ਦੂਰ ਹੋ ਜਾਂਦੀਆਂ, ਅੱਜ ਖੜੀਆਂ ਵੀ ਹੋਣਗੀਆਂ, ਕੱਲ੍ਹ ਨੂੰ ਦੂਰ ਵੀ ਹੋ ਜਾਣਗੀਆਂ, ਔਰ ਹੁੰਦੀਆਂ ਰਹੀਆਂ ਨੇ। ਮੇਰੇ ਖਿਆਲ ਜਿਵੇਂ ਕਹਿੰਦੇ ਨਾ ਵਿਆਹ 'ਚ ਫੁੱਫੜ ਜਾ ਸਭ ਤੋਂ ਜ਼ਿਆਦਾ ਰੁੱਸਦਾ, ਇਹ ਦੂਜੇ ਦਿਨ ਰੁੱਸਿਆ ਹੁੰਦਾ, ਇਹ ਦੂਜੇ ਦਿਨ ਮਨਾਉਂਦੇ ਸੀ ਅਗਲੇ। ਮੈਂ ਗੱਲ ਕਹਿੰਦਾ ਕਿ ਜਿਵੇਂ ਸਿਆਣੇ ਨੇ ਕਿਹਾ ਵੀ ਦੂਜੇ ਵੱਲ ਉਂਗਲ ਕਰਨ ਤੋਂ ਪਹਿਲਾਂ ਵੇਖੋ ਕਿ 3 ਮੇਰੇ ਵੱਲ ਹੋ ਰਹੀਆਂ, ਉਹ ਆਪਣਾ ਤਾਂ 2 ਟੈਸਟ ਕਰਾ ਕੇ ਸਰਟੀਫਿਕੇਟ ਲੋਕਾਂ ਦਾ ਰੱਖ ਦੇਵੇ ਵੀ ਉਹ ਕਿਹੜੇ ਕਰੈਕਟਰ ਦਾ ਬੰਦਾ, ਮਤਲਬ ਨਹੀਂ ਬਣਦਾ, ਮਤਲਬ ਨਹੀਂ ਬਣਦਾ, ਇਹੋ ਜਿਹੇ ਕਈ ਬੋਲਣ ਡਏ ਆ, ਇਹਨੇ ਬੋਲਣਾ ਬਣਾ ਤਾਂ ਕੋਈ ਅਸਰ ਨਹੀਂ। ਸ਼੍ਰੋਮਣੀ ਕਮੇਟੀ ਧਾਰਮਿਕ ਅਦਾਰਾ, ਔਰ ਇਹਦੇ ਕੋਲੋਂ ਕੋਈ ਸਰਟੀਫਿਕੇਟ ਲੈ ਕੇ ਨਾ ਕਿਸੇ ਸਕੱਤਰ ਨੇ ਨਾ ਕਿਸੇ ਮੈਂਬਰ ਨੇ ਕੋਈ ਲੋੜ ਆ ਕਿਸੇ ਨੂੰ, ਅਤੇ ਨਾ ਇਹੋ ਜਿਹੇ ਦਾਅਵੇ ਕਰੇ, ਆਪਣੇ ਆਪ 'ਤੇ ਕੰਟਰੋਲ ਕਰੇ, ਆਪਣੇ ਜ਼ਬਾਨ ਮਾੜੀ ਜ਼ਬਾਨ ਦਾ ਸਦਕਾ, ਤਾਂ ਇੱਕ ਆਪਣੀ ਜ਼ਬਾਨ ਮਾੜੀ ਦਾ ਸਦਕਾ, ਇਹੋ ਜਿਹੇ ਨਜਾਇਜ਼ ਨਜ਼ਰੀਏ ਜਿਹੜੇ ਬਣਾਏ ਡਿਵੈਲਪ ਕੀਤੇ ਉਹਨੇ ਦਿਮਾਗ 'ਚ, ਇਹੋ ਜਿਹੇ ਦੋਸ਼ ਆਰੋਪਣ ਜਿਹੜੇ ਉਹਦੇ ਕਰਕੇ ਇਹਨੂੰ ਇਹ ਨਤੀਜੇ ਭੁਗਤਣੇ ਪੈਣ ਡਿਆ। ਬਜਾਤੇ ਖੁਦ ਮਿਹਨਤ ਕਰਕੇ ਬੰਦਾ ਮਾੜਾ ਨੇ, ਮਿਹਨਤ ਕਰਦਾ, ਉਹਨੂੰ ਕੀਤੀ ਵੀ ਆ, ਲੋਕਾਂ ਨੇ ਪਿਆਰ ਵੀ ਦਿੱਤਾ ਉਹਨੂੰ, ਸਾਊਥ ਹਲਕੇ ਨੇ ਜਿਸ ਲੈਵਲ 'ਚ ਉਹਨੂੰ ਪਿਆਰ ਦਿੱਤਾ, ਜਿਸ ਦੇ ਚੈਲੇਂਜ ਦੇ ਵਿੱਚ ਉਹਨੇ ਇੱਡੀ ਵੱਡੀ ਲੀਡ ਦਵਾਈ ਹੈ ਵੀ ਦੂਜੇ ਨੰਬਰ 'ਤੇ ਆਉਣਾ, ਉਹ ਛੋਟੀ ਗੱਲ ਨਹੀਂ, ਲੋਕਾਂ ਦਾ ਪਿਆਰ ਆਪਣੇ ਜਿਹੇ 'ਚ ਪਾਲ ਕੇ ਚੱਲਣਾ ਚਾਹੀਦਾ, ਉਹਨੂੰ ਰਿਸਪੈਕਟ ਕਰਨੀ ਚਾਹੀਦੀ। ਲੀਡਰ ਦੀ ਇਹ ਖੂਬੀ ਹੁੰਦੀ ਹੈ, ਲੀਡਰ ਦਾ ਮਤਲਬ ਇਹ ਦੂਜੇ 'ਤੇ ਕਮਜ਼ੋਰੀਆਂ ਲੱਭਦੇ ਫਿਰੋ, ਉਹਦੀ ਕਮਜ਼ੋਰੀ ਲੱਭੋ ਅਤੇ ਉਂਗਲ ਠਾਓ ਅਤੇ ਉਂਗਲ ਠਾਓ, ਇਹ ਲੀਡਰ ਦੀ ਕੁਆਲਿਟੀ ਨਹੀਂ ਹੈਗੀ, ਨਾ ਉਹਦੀ ਡਿਊਟੀ ਹੈ। ਉਹਨੂੰ ਚਾਹੀਦਾ ਵੀ ਆਪਣੇ ਪੇਸ਼ੈਂਸ ਰੱਖੇ, ਸਭ ਤੋਂ ਵੱਡੀ ਗੱਲ, ਸੁਭਾਅ ਦਾ ਸਿਆਣਾ ਹੋਵੇ, ਪੇਸ਼ੈਂਸ ਰੱਖੇ, ਕਿਸੇ ਦੋਸ਼ ਆਰੋਪਣ ਵਾਲੇ ਬੰਦੇ ਨਾ ਤੁਰੇ। ਮੈਂ ਕੱਲ੍ਹ ਵੀ ਮੈਂ ਵੀਡੀਓ ਸੁਣੀ ਜਿਹੜੀ ਗਿਆ ਇੱਥੋਂ, ਅਤੇ ਅੱਜ ਵੀ ਮੈਂ ਹੁਣ ਪ੍ਰੈਸ ਕਾਨਫਰੰਸ ਕਰ ਕੇ ਵੈਸੇ ਬੋਲ ਰਿਹਾ, ਪਤਾ ਨਹੀਂ ਬੋਲ ਰਿਹਾ, ਉਹ ਸਾਰਾ ਕੁਝ ਕਹਿ ਰਿਹਾ, ਪਰ ਇਹ ਕਹਿਣ ਦੀ ਗੱਲਾਂ ਕਰਕੇ ਕੋਈ ਸਾਨੂੰ ਇੱਦਾਂ ਦੇ ਸਰਟੀਫਿਕੇਟ ਲੋੜ ਨਹੀਂ ਪਿਆ ਸੀ। ਤਲਬੀਰ ਗਿੱਲ ਸਾਨੂੰ ਆਪਣੇ SGPC ਨੂੰ ਐਜ ਏ ਹੋਲ ਸਰਟੀਫਿਕੇਟ ਕਹੂਗਾ ਵੀ ਇਹ ਅੱਗੇ ਬੜੀ ਵਧੀਆ ਜਥੇਬੰਦੀ ਹੈ, ਬੜੀ ਸਾਫ਼ ਸੁਥਰੀ, ਬੜੀ ਧਾਰਮਿਕ ਜਥੇਬੰਦੀ ਹੈ, ਅਤੇ ਉਸ ਨੇ ਸਾਡਾ ਕੱਦ ਵੱਧਦਾ, ਸਾਡਾ ਕੱਦ ਜਿੱਥੇ ਹੈਗਾ ਗੁਰੂ ਸਾਹਿਬ ਦੀ ਨਜ਼ਰ ਸੋਲੀ ਰਹਿਣੀ ਚਾਹੀਦੀ ਹੈ। ਪੰਥ ਔਰ ਕੌਮ ਦੀ ਸੇਵਾ ਅਤੇ ਚੋਣ ਗੁਰਦੁਆਰਾ ਪ੍ਰਬੰਧਕ ਕਮੇਟੀ 103 ਸਾਲ ਦੀ ਉਮਰ ਹੋ ਗਈ ਹੈ, ਇਹ ਤਾਂ ਕੱਲ੍ਹ ਦਾ 54 ਆ ਜੇ, ਇਹਦੀ ਉਮਰ ਕਿੰਨੀ ਕੁ ਹੈ? ਐਡੀ ਵੱਡੀ ਸੰਸਥਾ ਦੇ ਉੱਤੇ ਉਂਗਲ ਠਾਉਣੀ ਕੋਈ ਹਕੀਕਤ ਥੋੜ੍ਹੀ, ਅਕਲਮੰਦੀ ਥੋੜ੍ਹੀ ਹੈ ਕੋਈ, ਕਿ ਪਹਿਲਾਂ ਆਪਣਾ ਕੱਦ ਵੇਖ, ਆਪਣੇ ਅੰਦਰ ਝਾਤੀ ਮਾਰ। ਮਹਾਰਾਜ ਸਾਹਿਬ ਕਹਿੰਦੇ ਆ, ਆਪਣੇ ਗਰੀਬਾਨ ਵਿੱਚ ਸਿਰ ਨੀਵਾ ਕਰ ਦੇਖ, ਆਪਣੇ ਅੰਦਰ ਝਾਤੀ ਮਾਰ, ਤੇਰੇ 'ਚ ਕੀ ਕੁਆਲਿਟੀ ਉਹ ਤਾਂ ਲੋਕਾਂ ਨੂੰ ਦੱਸ। ਦੂਸਰੇ ਦੇ ਦੋਸ਼ ਆਰੋਪਣ ਤੋਂ ਪਹਿਲਾਂ ਬੰਦਾ ਆਪਣਾ ਆਪ ਲੋਕਾਂ ਦੇ ਸਾਹਮਣੇ ਰੱਖੇ ਵੀ ਮੈਂ ਇਸ ਕਿਰਦਾਰ ਦਾ ਮੰਨਾਂ, ਅਤੇ ਉਹ ਕਿਰਦਾਰ ਦੀ ਲੋਕ ਆਪ ਕਦਰ ਕਰਦੇ ਆ, ਕਹਿਣ ਦੀ ਲੋੜ ਹੀ ਨਹੀਂ ਪੈਂਦੀ, ਦੋਸ਼ ਆਰੋਪਣ ਦੀ ਲੋੜ ਹੀ ਨਹੀਂ ਪੈਂਦੀ। ਦੋਸ਼ ਬੰਦਾ ਕਦੋਂ ਲਾਉਂਦਾ? ਜਦੋਂ ਅੰਦਰ ਦੀ ਕਮਜ਼ੋਰੀ ਬੰਦੇ ਨੂੰ ਖੁਦ ਨੂੰ ਲੁਕਾਉਣੀ ਹੋਵੇ, ਛਪਾਉਣੀ ਹੋਵੇ, ਉਦੋਂ ਦੂਜੇ ਤੋਂ ਦੋਸ਼ ਆਰੋਪਣ ਕਰਕੇ ਲੋਕਾਂ ਦਾ ਧਿਆਨ ਡਾਇਵਰਟ ਕਰਦੇ ਆ ਲੋਕ।
ਠੀਕ ਹੈ ਨਾ, ਜਿਹੜੇ ਬੰਦੇ 'ਚ ਆਪਣੀ ਕੁਆਲਿਟੀ ਹੈ, ਆਪਣਾ ਕਿਰਦਾਰ ਹੈ, ਆਪਣਾ ਕਰੈਕਟਰ ਹੈ, ਜਿੰਨੀ ਉਹਦੀ ਰਿਸਪੈਕਟ ਲੈਣੀ ਉਹਦੇ ਬੇਸ 'ਤੇ, ਉਹ ਕਦੇ ਵੀ ਕਿ ਦੂਜੇ ਉਂਗਲ ਨਹੀਂ ਉਠਾਉਂਦਾ। ਪਰ ਇੱਕ ਸਵਾਲ ਉਹਨਾਂ ਨੇ ਹਸਪਤਾਲ ਦੀ ਕਾਰਗੁਜ਼ਾਰੀ ਦੇ ਵਿੱਚ ਚੁਣਿਆ, ਕਹਿੰਦੇ ਜੀ ਹਸਪਤਾਲ ਦੇ ਵਿੱਚ ਬਹੁਤ ਗਲਤ ਹੋ ਰਿਹਾ ਸੀ, ਡਾਕਟਰ ਏ ਪੀ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ, ਮੈਨੂੰ ਆਸ਼ਵਾਸਨ ਵੀ ਦਿੱਤਾ ਗਿਆ, ਜਿਸ ਕਰਕੇ ਮੈਂ ਹੁਣ ਜਿਹੜਾ ਹੈ ਮੇਰਾ ਮਨ ਸਾਫ ਹੋ ਗਿਆ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਜਦੋਂ ਤੋਂ ਇਸ ਚੱਕਰ 'ਚ ਪਿਆ, ਅੱਜ ਤੱਕ ਉਹਨੇ ਕਿਸੇ ਦੀ ਸਿਫਤ ਕੀਤੀ ਹੈ? ਮੈਂ ਪਹਿਲੀ ਵਾਰੀ ਰਾਤ ਕੱਲ੍ਹ ਦੀ ਵੀਡੀਓ ਦੇ ਵਿੱਚ ਇੱਕ ਸ਼ਬਦ ਸੁਣਿਆ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਮੈਂ ਕੁਛ ਨਹੀਂ ਕਹਿਣਾ ਚਾਹੁੰਦਾ। ਇੱਕ ਉਹ ਮੈਂ ਦੱਸਣ ਲੱਗਾ ਵੀ ਅੱਜ ਤੱਕ ਉਹਨੇ ਕਿਸੇ ਦੀ ਸਿਫਤ ਕੀਤੀ ਹੈ? ਅਸਲ ਵਿੱਚ ਉਹਨੂੰ ਇਹ ਭੁਲੇਖਾ ਪੈ ਗਿਆ ਵੀ ਮੈਂ ਇੱਦਾਂ ਦੇ ਨਲਾਇਕੀ ਕਰੂੰਗਾ, ਇੱਦਾਂ ਦੇ ਲੋੜੋਂ ਵੱਧ ਜਿਹੜਾ ਪ੍ਰਚਾਰ ਕਰੂੰਗਾ, ਭੰਡੀ ਪ੍ਰਚਾਰ ਕਰੂੰਗਾ, ਦੋਸ਼ ਬਣੂਗਾ, ਮੇਰਾ ਵਜ਼ਨ ਵਧੂਗਾ, ਲੀਡਰਸ਼ਿਪ ਮੈਨੂੰ ਬੁਲਾਊਗੀ। ਦੂਜੇ ਦਿਨ ਰੁਸ ਕੇ ਬਹਿ ਜਾਂਦਾ ਸੀ, ਸ਼ਾਮ ਨੂੰ ਅਗਲੇ ਬੁਲਾ ਲੈਂਦੇ ਸੀ, ਆਪ ਕਹਿੰਦਾ ਮੈਨੂੰ ਸ਼ਾਮ ਨੂੰ ਬੁਲਾ ਕੇ ਮਨਾ ਲੈਂਦੇ, ਮੈਂ ਫਿਰ ਆ ਜਾਂਦਾ ਹਾਂ। ਉਹ ਇਹੋ ਜਿਹੇ ਬੰਦਿਆਂ ਨੂੰ ਕੋਈ ਗੱਲ ਨਹੀਂ ਕਹਿੰਦਾ ਰਹੇ ਕਰੇ ਦਾਹਰੇ ਕਹੋ, ਉਹਦਾ ਕਾਰਨ ਹੈ ਇਹ ਇਕੱਲਾ ਨਹੀਂ ਗਾ, ਇੱਦਾਂ ਦਾ ਬਥੇਰਾ ਲਾਣਾ ਆ ਜਿਹਨਾਂ ਦਾ ਦਿਨ ਰਾਤ ਇਹ ਗੱਲ ਦਾ ਜ਼ੋਰ ਲੱਗਾ ਵੀ ਕਿਤੇ ਉਹਨਾਂ ਦਾ ਜ਼ੋਰ ਨਾ ਪਏ। ਸ਼੍ਰੋਮਣੀ ਕਮੇਟੀ ਨੂੰ ਜਾਂਦੇ ਜਾਂਦੇ ਜ਼ਰੂਰ ਭੰਡ ਜਾਂਦੇ ਆ, ਕਿਉਂਕਿ ਉਹਨਾਂ ਨੂੰ ਇਹ ਸਾਡੇ ਵੱਲ ਨਜ਼ਰ ਨਾ ਕੋਈ ਮਾਰੇ, ਸਾਡੇ ਅੰਦਰ ਨੂੰ ਝਾਕੇ, ਸਾਡੇ ਕਰੈਕਟਰ ਨਾ ਕੋਈ ਵੇਖ ਸਕੇ, ਅਸੀਂ ਦੋਸ਼ ਰੋਪਣ ਕਰਕੇ ਲੋਕਾਂ ਨੂੰ ਡਿਫੈਂਡ ਹੀ ਇੰਨਾ ਆਪਣਾ ਕਰ ਦਈਏ ਅਤੇ ਲੋਕ ਆਪਣੀ ਸਪੈਸ਼ੀਕਰਨ ਪੈ ਰਹੇ, ਸਾਨੂੰ ਕੋਈ ਲੋੜ ਸਪੈਸ਼ੀਕਰਨ ਦੇਣ ਦੀ? ਸਾਨੂੰ ਕੋਈ ਲੋੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਈ ਵੀ ਜੋ ਮਰਜ਼ੀ ਬਕਵਾਸ ਮਾਰੀ ਜਾਏ, ਸਾਨੂੰ ਕਿਸੇ ਦਾ ਆਪਣਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਅਤੇ ਸਾਰਾ ਸਪੈਸ਼ੀਕਰਨ ਦੇਣ ਦੀ ਲੋੜ ਨਹੀਂ। 103 ਸਾਲ ਦੀ ਉਮਰ ਹੈ ਜਥੇਬੰਦੀ ਦੀ, ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਏਡੀਆਂ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਹੋਂਦ ਵਿੱਚ ਆਈ ਹੈ, ਉਦੋਂ ਤੋਂ ਲੈ ਕੇ ਅੱਜ ਬਾਹ ਖੂਬੀ ਆਪਣੇ ਫਰਜ਼ਾਂ ਦੀ ਅਦਾਇਗੀ ਕਰਦਾ, ਪੰਥ ਔਰ ਕੌਮ ਦਾ ਸਿੱਖੀ ਦੇ ਪ੍ਰਚਾਰ ਪ੍ਰਸਾਰ ਦਾ ਬਾਹ ਖੂਬੀ ਢੰਗ ਨਾਲ ਪ੍ਰਚਾਰ ਕਰ ਰਹੀ ਹੈ। ਇਹੋ ਜਿਹੇ ਲੋਕਾਂ ਦੇ ਕਿ 3600 ਬੋਲਦਾ ਫਿਰਦਾ ਨਹੀਂ, ਇਹੋ ਤੇ ਹਜ਼ਮ ਨਹੀਂ ਹੋਇਆ ਉਹਨੂੰ, ਕਿਹੋ ਚੰਗੀ ਚੀਜ਼ ਨਾ ਜਿਵੇਂ ਚੰਗਾ ਜਿਵੇਂ ਕਹਿੰਦੇ ਜ਼ਿਆਦਾ ਘਿਓ ਵੀ ਖਾ ਲਓ ਤੇ ਵੱਧ ਹਜ਼ਮੀ ਕਰ ਜਾਂਦਾ, ਇਸ ਕਰਕੇ ਇਹਨੂੰ ਸਾਰੇ ਜਿਹੜੇ ਪੰਥ ਨੇ ਵੇਖੋ, ਮੈਂ ਬਹੁਤੇ ਡੰਘਾਈ ਜਾਣਾ ਚਾਹੁੰਦਾ, ਮੈਨੂੰ ਤਾਂ ਇਹ ਆ ਵੀ ਘੱਟੋ ਘੱਟ ਆਪਣੇ ਪਿਛੋਕੜ ਵਾਲ ਬੰਦਾ ਝਾਤੀ ਮਾਰੇ, ਉਦੋਂ ਤੋਂ ਲੈ ਕੇ ਅੱਜ ਤੱਕ ਆਪਣੇ ਉਹ ਕੰਪੇਅਰ ਕਰੇ ਤੇ ਮੈਂ ਦਾਅਵੇ ਨਾਲ ਕਹਿੰਦੇ ਜਵਾਨ ਚੁੱਪ ਹੋ ਜੂਗੀ। ਉਹ ਮੈਂ ਤੇ ਕਿਹਾ ਪਹਿਲਾਂ ਉਹ ਕਰਾਵੇ ਯਾਰ, ਬਾਰ ਬਾਰ ਗੱਲ ਨਾ ਕਰੋ। 19 ਸਾਲ ਨੂੰ ਮੈਂ ਤੇ ਪਹਿਲਾਂ ਇਹ ਗੱਲ ਕਹੀ ਆ, 19 ਸਾਲ ਪਾਰਟੀ ਨੇ ਤਾਂ ਕਿਸਾਨ ਥੋੜ੍ਹਾ ਕੀਤਾ ਯਾਰ, ਪਾਰਟੀ ਨੇ ਤੇ ਝੋਲੀ ਕੀ ਪਾਇਆ ਉਹ ਤੇ ਵੇਖੇ, ਘੱਟੋ ਘੱਟ ਪਾਰਟੀ ਨੇ ਬਹੁਤ ਕੁਝ ਝੋਲੀ ਪਾਇਆ, ਉਹਦਾ ਸਤਿਕਾਰ ਕਰਨਾ ਚਾਹੀਦਾ, ਆਸਾਨ ਫਰਾ ਮੁਸ਼ਕਲ ਤੇ ਨਾ ਹੋਵੇ, ਧੰਨਵਾਦ ਕਰੇ ਪਾਰਟੀ ਦਾ ਜਿਹਨੇ ਏਡਾ ਕੱਦ ਕਾਠ ਬਣਾਤਾ ਹੈ ਬੰਦੇ ਦਾ, ਨਹੀਂ ਤੇ ਲੀਡਰ ਘੱਟ ਕੁਆਲਿਟੀਆਂ ਲੋਕਾਂ 'ਚ ਘੱਟ ਨੇ, ਗੁਣ ਲੋਕਾਂ 'ਚ ਘੱਟ ਨੇ, ਬਥੇਰੀ ਜਾਂਦਾ ਹੈ ਚੰਗੇ ਗੁਣਾਂ ਦੇ ਕਰਕੇ ਸਮਾਜ 'ਚ ਵਿਚਰਦੀ ਹੈ। ਉਹ ਜੀ ਸਦਕੇ ਫੀਲਡ 'ਚ ਹੈ, ਕਿੱਥੇ ਆ ਹੁਣ ਕੇ ਭੋਰੇ 'ਚ ਵੜਿਆ, ਫੀਲਡ 'ਚ ਰਿਹਾ ਹੁਣ ਤੋਂ ਲੱਗ ਗਿਆ।